ਸ੍ਰੀ ਵਾਹਿਗੁਰੂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸ਼ਰਨ ਤੁਹਾਰਿਆ ਵੇਖੋ ਸਦਾ ਦੂਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਭ ਨਿਸ਼ਚੇ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ ਕਮੀ ਨਾ ਕਾਈ ਜੀ ਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ ਕਮੀ ਨਾ ਕਾਈ ਜੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ ਕਮੀ ਨਾ ਕਾਈ ਜੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ ਕਮੀ ਨਾ ਕਾਈ ਜੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ ਕਮੀ ਨਾ ਕਾਈ ਜੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ ਕਮੀ ਨਾ ਕਾਈ ਜੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ ਕਮੀ ਨਾ ਕਾਈ ਜੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ ਕਮੀ ਨਾ ਕਾਈ ਜੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ ਕਮੀ ਨਾ ਕਾਈ ਜੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ ਕਮੀ ਨਾ ਕਾਈ ਜੀ ਸਾਨੂੰ ਕਮੀ ਨਾ ਕਾਈ ਜੀ ਤਿੰਨਾਂ ਨੂੰ 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 ਕਮੀ ਨਾ ਕਾਈ ਜੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿੰਨਾਂ ਨੂੰ
ਕਮੀਨਾ ਕਾਈ ਜੀ ਗੁਰ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿਨਾਂ ਨੂੰ ਕਮੀਨਾ ਕਾਈ ਜੀ ਗੁਰ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿਨਾਂ ਨੂੰ ਕਮੀਨਾ ਕਾਈ ਜੀ ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ ਤਿਨਾਂ ਨੂੰ ਕਮੀਨਾ ਕਾਈ ਜੀ ਵਾਹਿਗੁਰੂ 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 ਧੰਨ ਵਾਹਿਗੁਰੂ 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 ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਹੈ ਗੁਰੂ ਸਾਧ ਸੰਗਤ ਜੀਓ ਸਨੇਮਰ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਗੋਦ ਵਿੱਚ ਬੈਠ ਕੇ ਮਾਲਕ ਜੀ ਦੇ ਬਖਸ਼ੇ ਹੋਏ ਸਮੇਂ ਅਤੇ ਸਵਾਸਾਂ ਦਾ ਲਾਹਾ ਲੈ ਰਹੇ ਹੋ ਵਡਭਾਗੇ ਹੋ ਕੋਈ ਵੀ ਕਿਸੇ ਗੁਨਾਹਗਾਰ ਮਨੁੱਖ ਨੂੰ ਪਾਸ ਨਹੀਂ ਬੈਠਣ ਦਿੰਦਾ ਸਤਿਗੁਰ ਜੀ ਨੇ ਮਹਾਨ ਬਖਸ਼ਾਂ ਕੀਤੀਆਂ ਨੇ ਸਾਡੇ ਔਗਣ ਨਾ ਚਿਤਾਰਦੇ ਹੋਏ ਆਪਣੀ ਗੋਦ ਵਿੱਚ ਬਿਠਾਇਆ ਹੈ ਬੜਾ ਉੱਦਮ ਕੀਤਾ ਹੈ ਆਪ ਜੀ ਨੇ ਇਤਨੀ ਸਰਦੀ ਦੇ ਵਿੱਚ ਆਪ ਜੀ ਗੁਰਚਰਨਾਂ ਵਿੱਚ ਆਏ ਹੋ ਜਿੱਥੇ ਸਤਿਗੁਰ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਉੱਥੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਰੋਹਾੜਕਰ ਉਹ ਵੀ ਅਜੇ ਉਹਨਾਂ ਨੇ ਚਰਨ ਪਾਏ ਨੇ ਜੀ ਆਇਆਂ ਨੂੰ ਕਹਿੰਦੇ ਹਾਂ ਜੀਵਨ ਬੜਾ ਬੜਮੁੱਲਾ ਹੈ ਗੁਰਮੁਖੋ ਇਸ ਨੂੰ ਵਿਅਰਥ ਨਾ ਗੁਆਉਣਾ ਜਿਸ ਦਿਨ ਜਿਸ ਵੇਲੇ ਸੂਰਜ ਚੜ੍ਹ ਜਾਂਦਾ ਹੈ ਇਸ ਦੀ ਇੱਕ ਦਿਨ ਉਮਰ ਘੱਟ ਜਾਂਦੀ ਹੈ ਜਿਉਂ ਹੀ ਸੂਰਜ ਚੜ੍ਹਿਆ ਇੱਕ ਦਿਨ ਘੱਟ ਗਿਆ ਪਾਤਸ਼ਾਹ ਜੀ ਕਹਿੰਦੇ ਨੇ ਦੁਰਲਭ ਦੇ ਪਾਈ ਵਡਭਾਗੀ ਨਾਮ ਨਾ ਜਪੈ ਤੇ ਆਤਮਾ ਕਾਤੀ ਵੱਡੇ ਭਾਗਾਂ ਨਾਲ ਇਹ ਸਰੀਰ ਮਿਲਿਆ ਹੈ ਉਸਨੇ ਕੋਈ ਮੁੱਲ ਨਹੀਂ ਲਿਆ ਦੇਣ ਵਾਲੇ ਨੇ ਉਸ ਦਾ ਸਵਾਈ ਦੇਣ ਦਾ ਹੈ ਉਹ ਵੀ ਮੁਫਤ ਸਵਾਸ ਮੁਫਤ ਮਿਲੇ ਨੇ ਸਰੀਰ ਮੁਫਤ ਮਿਲਿਆ ਹੈ ਧਰਤੀ ਮੁਫਤ ਮਿਲੀ ਹੈ ਕਿਹੜੀ ਚੀਜ਼ ਹੈ ਜਿਹੜੀ ਇਸਨੂੰ ਮੁਫਤ ਨਹੀਂ ਦਿੱਤੀ ਕਦੇ ਬਿੱਲ ਨਹੀਂ ਆਇਆ ਸਾਡੇ ਕੋਲ ਪਰ ਹੈਰਾਨੀ ਇਸ ਗੱਲ ਦੀ ਹੈ ਵੀ ਕਈ ਵਾਰੀ ਡਾਕਟਰ ਫ੍ਰੀ ਦਵਾਈ ਦੇ ਦੇ ਅਤੇ ਬੰਦਾ ਘਰ ਜਾ ਕੇ ਸੁੱਟ ਦਿੰਦਾ ਕਿਉਂਕਿ ਪੈਸੇ ਨਹੀਂ ਲੱਗੇ ਹੁੰਦੇ ਇਹ ਮਨੁੱਖ ਨੇ ਇਸ ਬੰਦੇ ਨੇ ਵੀ ਇਸ ਤਰ੍ਹਾਂ ਹੀ ਕੀਤਾ ਲੱਗਦਾ ਜੇ ਤਾਂ ਕੋਈ ਕੀਮਤ ਉਤਾਰੀ ਹੁੰਦੀ ਨਾ ਫਿਰ ਤਾਂ ਇਸਨੇ ਕੋਈ ਇਸਦੀ ਕਦਰ ਕਰਨੀ ਸੀ ਪਰ ਇਸਨੇ ਇਸ ਨੂੰ ਵਿਅਰਥ ਹੀ ਗਵਾ ਦਿੱਤਾ ਅਤੇ ਪਾਤਸ਼ਾਹ ਇਸ ਨੂੰ ਪੁੱਛਦੇ ਨੇ ਇਹ ਤੈਨੂੰ ਗੁਣ ਗਾਉਣ ਲਈ ਦਿੱਤੀ ਸੀ
गुण गोविंद गायो नहीं, जन्म अकारत कीन, अदेख तैनु शरीर रब वण ले दिता सी, रब वण ले दिता सी, तू गुण गा, तू गुण गाउंदा रहा कर। कोई पानी का गिलास ही प्यासे बंदे नू दे दई है ते गुण गाउंदा रहिंदा, मैं प्यासा सी मैनू पानी पिलाता। जिसने इन्ना कुछ दिता होवे, जिसका दिया पहने खाए, हैरानी इस गल दी फिर उसनू चेता फला दिता। पातशाह जी कहिंदे ने गुण गोविंद गायो नहीं, जन्म अकार थकीन, तू जन्म व्यर्थ गवा दिता। ये कहिंदा कौन? कहिंदा गवा दिता। जमीन जायदाद बनाई है, बैंक बैलेंस बनाया है, कुर्सी ते ओहदा मिलिया है, व्यर्थ किदा हो गया? ये गिनतियां करता, बच्चियां लिए इन्ना कुछ बना दिता, इसनूं ये नहीं पता भी इसने अपने लिए कुछ नहीं बनाया। जो इसने बनाना सी अपने लिए, इसनूं अपने लिए कोई समा नहीं। परिवार लई समा है, संसार लई समा है, पुत्रां लई समा है, पत्नी लई समा है। जे समा नहीं ते ओ सिर्फ अपने सतगुर लई, कोई समा नहीं इसदे कोल। पातशाह इसनूं समझाउंदे कहिंदे ने गुण गोबिंद गायो नहीं, जन्म अकार थकीन, को नानक हर भज मना, जेह विद जल को मीन। बताली लख जून पानी विच है ते बताली लख खुशकी विच है। पातशाह जी ने सिर्फ मच्छी नूं ही क्यों किया, मगरमच्छ ने, सप ने, पता नहीं की ने उहदे विच। सिर्फ मच्छी नूं क्या? जिस विधि नाल मच्छी पानी नूं याद करदी है, भजदी है, तू इवें त्या। जिह विधि जल को मीन, मीन मच्छी नूं कहिंदे ने। कोई कारण होणा खास, ज्यों ही मच्छी पानी दे विच सिद्धी चलती है गुरमुखो, मूंह विच पानी ते जांदा पर इस दे परां दे थल्ले दो छेक ने कदे देख लेना जाके, पानी इत्थों दी बाहर निकल जांदा, अंदर नहीं जांदा। कबीर साहिब फरमाउंदे ने, कहिंदे ने पानी में मीन प्यासी, सुन सुन आवे मोहे हासी। पूर्ण पुरख परम पुरख की घाटी ते बैठे हुए, राम कबीरा एक भय है, कोई न सके पछानी। एडी वड्डी हस्ती, किंतु रब ते कबीर एक हो गए, हुण कोई पछाण नहीं सकदा रब केड़ा ते कबीर कौन। वो कह रहे ने कहिंदे मैनूं संसार ते हासा आउंदा, ये कहिंदे ने पानी विच जिहड़ी मच्छी आ वो प्यासी रहिंदी आ। असल च ज्यों ही इह सिद्धी चलदी है, पानी पेट विच नहीं जांदा। ज्यों ही इह पुट्ठी हो जांदी है, जद फिर पानी मूँह विच जांदा ते इह जिहड़े छेक ने बंद हो जांदे ने ते पानी पेट विच चला जांदा। सतगुर इस करके ये प्रमाण दिंदे ने कि ओ मनुख, जदी तेनू सुरत आई है तू सीधा ही संसार वल दौड़ पिया, तेरी दौड़ ही संसार वल सीधे हो गई, तेनू बाकी सब कुछ चेता भुल गया। अदेख जिमें मच्छी उल्टी हो गई, तू भी उल्टा हो जा ते फिर परमात्मा वल ध्यान तर लै, तेरी प्यास भी बुझ जाएगी। आखो सतनाम वाहिगुरु। फिर सुनना जरा,
ਆ ਦੇਖ ਜਿਵੇਂ ਮੱਛੀ ਉਲਟੀ ਹੋ ਗਈ ਪਾਣੀ ਅੰਦਰ ਚਲਾ ਗਿਆ ਪਿਆਸ ਬੁੱਝ ਗਈ ਇਵੇਂ ਜਿਹੜਾ ਤੈਨੂੰ ਚੇਤਾ ਭੁੱਲ ਗਿਆ ਪਰਮਾਤਮਾ ਦਾ ਤੈਨੂੰ ਸੰਸਾਰ ਵਾਲੀ ਤੇਰੀ ਸੁਰਤੀ ਬਿਰਤੀ ਮਨ ਇਹਦੇ ਵੱਲ ਹੀ ਦੌੜ ਪਿਆ ਤੂੰ ਇੱਕ ਵਾਰੀ ਤਾਂ ਪੁੱਠਾ ਉਲਟਾ ਹੋ ਕੇ ਦੇਖ ਤੈਨੂੰ ਸਭ ਕੁਝ ਮਿਲ ਜਾਣਾ ਤੇਰੀ ਪਿਆਸ ਬੁੱਝ ਜਾਣੀ ਆ ਬਾਰ ਬਾਰ ਬਾਦਸ਼ਾਹ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਤੁਸੀਂ ਵੀ ਕਦੇ ਕਦੇ ਆਪਣੇ ਮਨ ਨੂੰ ਕਿਹਾ ਕਰੋ ਮਨਾ ਤੂੰ ਵੀ ਸੁਣਿਆ ਕਰ ਕਦੇ ਕਿਹਾ ਆਪਣੇ ਮਨ ਨੂੰ ਤੂੰ ਸਤਿਗੁਰ ਦੀ ਸੁਣਿਆ ਕਰ ਤੂੰ ਬਾਣੀ ਨੂੰ ਸੁਣਿਆ ਕਰ ਤੂੰ ਗੁਰੂ ਮਹਿਮਾ ਨੂੰ ਸੁਣਿਆ ਕਰ ਕਹੋ ਨਾਨਕ ਸੁਣ ਰੇ ਮਨਾ ਔਧ ਘਟਤ ਹੈ ਨੀਤ ਆ ਦੇਖ ਤੇਰਾ ਰੋਜ਼ ਜੀਵਨ ਘਟਦਾ ਜਾ ਰਿਹਾ ਤੇਰੀ ਉਮਰ ਘਟਦੀ ਜਾ ਰਹੀ ਆ ਤੂੰ ਕਦੇ ਤਾਂ ਇਸ ਨਾਲ ਗੱਲਾਂ ਕਰਿਆ ਕਰ ਮਨ ਨਾ ਪਰ ਇਹਨੂੰ ਕੀ ਹੋਇਆ ਬਿਮਾਰੀ ਕੀ ਪੈ ਗਈ ਮਨ ਕੀ ਮਨ ਹੀ ਮਾਹੇ ਰਹੀ 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 ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਮਨ ਕੀ ਮਨ ਹੀ ਮਨ ਕੀ ਮਨ ਹੀ ਮਾਹੇ ਰਹੀ ਮਨ ਕੀ ਮਨ ਹੀ ਮਾਹੇ ਰਹੀ ਮਨ ਕੀ ਮਨ ਹੀ ਮਾਹੇ ਰਹੀ ਪਾਤਸ਼ਾਹ ਕਹਿੰਦੇ ਨੇ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੈ ਚੋਟੀ ਕਾਲ ਗਹੀ ਖਿਆਲ ਰੱਖਣਾ ਜਿਹੜਾ ਇਸਨੇ ਬਚਾ ਕੇ ਰੱਖਿਆ ਹੈ ਨਾ ਇਹਦੀ ਇੱਛਾ ਹੈ ਉਹ ਸੁਰੱਖਿਅਤ ਰਹੇ ਉਸਨੂੰ ਕੁਝ ਹੋਵੇ ਨਾ ਜੋ ਇਸਨੇ ਬਚਾਇਆ ਹੈ ਨਾ ਇਹ ਸੋਚਦਾ ਇਸਨੂੰ ਕੁਝ ਹੋਣਾ ਨਹੀਂ ਚਾਹੀਦਾ ਕੀ ਬਚਾਇਆ ਜੀ ਇਸਨੇ ਇਹ ਕਹਿੰਦਾ ਪੁੱਤਰ ਬਚੇ ਰਹਿਣੇ ਚਾਹੀਦੇ ਇਹਨਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਪਰਿਵਾਰ ਬਚਿਆ ਰਹਿਣਾ ਚਾਹੀਦਾ ਇਸਨੂੰ ਕੁਝ ਨਹੀਂ ਹੋਣਾ ਚਾਹੀਦਾ ਜਾਇਦਾਦ ਬਣਾਈ ਹੈ ਕੁਰਸੀ ਹਥਿਆਈ ਹੈ ਇਸਨੂੰ ਕੁਝ ਨਹੀਂ ਹੋਣਾ ਚਾਹੀਦਾ ਅਸਲ 'ਚ ਜੋ ਕੁਝ ਇਹ ਬਚਾ ਕੇ ਰੱਖਣਾ ਚਾਹੁੰਦਾ ਇਹੋ ਜਿਹਾ ਕੁਝ ਵੀ ਨਹੀਂ ਸੰਸਾਰ ਵਿੱਚ ਜਿਹੜਾ ਬਚਾਉਣ ਦੇ ਕਾਬਿਲ ਹੋਵੇ ਫਿਰ ਸੁਣਨਾ ਜ਼ਰਾ ਜੋ ਕੁਝ ਜਿਸ ਨੂੰ ਬਚਾ ਕੇ ਰੱਖਣਾ ਚਾਹੁੰਦਾ ਤਰਲੇ ਮਾਰਦਾ ਇਹਦੇ ਵਿੱਚੋਂ ਕੁਝ ਵੀ ਨਹੀਂ ਜਿਹੜਾ ਬਚਾ ਕੇ ਰੱਖਣਾ ਇਸਨੇ ਜਿਹੜਾ ਬਚਾਇਆ ਜਾ ਸਕਦਾ
ਕੁਝ ਵੀ ਤੇ ਹੈ ਨਹੀਂ ਜਿਹੜਾ ਬਚਾਉਣ ਦੇ ਕਾਬਲ ਹੋਵੇ। ਸਰੀਰ ਤੇ ਇੰਨਾ ਜ਼ੋਰ ਲਗਾਇਆ ਹੋਇਆ, ਫਿਰ ਬਚ ਗਿਆ, ਬਚਾ ਲਿਆ ਕਿਸੇ ਨੇ? ਖਿਮਾ ਕਰ ਦੇਣਾ ਇੱਕ ਬਚਨ ਸਤਿਗੁਰੂ ਜੀ ਦੀ ਹਜ਼ੂਰੀ 'ਚ ਕਹਿਣ ਲੱਗਾ, ਇਸ ਸਰੀਰ ਨੂੰ ਤਾਂ ਰੱਬ ਹੀ ਨਹੀਂ ਬਚਾ ਸਕਦਾ। ਪਤਾ ਕਿਉਂ? ਕਿਉਂਕਿ ਉਸਨੇ ਆਪ ਹੀ ਨਿਯਮ ਬਣਾਇਆ ਹੋਇਆ, ਜੋ ਆਇਆ ਸੋ ਚੱਲ ਸੀ। ਕਿਵੇਂ ਬਚਾ ਲਓਗੇ ਤੁਸੀਂ? ਸਾਰਾ ਜ਼ੋਰ ਸਰੀਰ 'ਤੇ ਲਗਾਇਆ ਹੋਇਆ, ਜਿਸ 'ਤੇ ਜ਼ੋਰ ਲਗਾਉਣਾ ਸੀ ਸਿਮਰਨ 'ਤੇ, ਉਸ ਦਾ ਚੇਤਾ ਫੁੱਲ ਗਿਆ। ਆਖੋ ਸਤਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਮਨ ਵੇ ਪ੍ਰਭ ਕੀ ਸ਼ਰਨ ਵਿਚਾਰੋ। ਬੜੇ ਪਿਆਰ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਮਨਾ ਤੂੰ ਸਦਾ ਹੀ ਕਿਤੇ ਨਾ ਕਿਸੇ ਸ਼ਰਨ 'ਚ ਰਹਿਣਾ 24 ਘੰਟੇ। ਕਦੇ ਦੇਖ ਲੈਣਾ ਇਹਦੇ ਨਾਲ ਮਨ ਨਾਲ ਬੈਠ ਕੇ ਇੱਕ ਦਿਨ ਹੀ ਲਗਾ ਦਿਓ, ਕਿਸੇ ਨਾ ਕਿਸੇ ਦੀ ਸ਼ਰਨ 'ਚ ਜ਼ਰੂਰ ਰਹਿੰਦਾ 24 ਘੰਟੇ 'ਚ। ਇੱਕ ਤੱਤ ਪਰ ਰਹਿੰਦਾ 24 ਘੰਟੇ 'ਚ ਪੰਜਾਂ 'ਚੋਂ। ਕਦੇ ਕਾਮ ਦੀ ਸ਼ਰਨ ਵਿੱਚ ਹੁੰਦਾ, ਕਦੇ ਕ੍ਰੋਧ ਦੀ ਸ਼ਰਨ ਵਿੱਚ ਹੁੰਦਾ, ਕਦੇ ਲੋਭ ਦੀ ਸ਼ਰਨ ਵਿੱਚ ਹੁੰਦਾ, ਕਦੇ ਮੋਹ ਦੀ ਸ਼ਰਨ ਵਿੱਚ ਹੁੰਦਾ, ਕਦੇ ਹੰਕਾਰ ਦੀ ਸ਼ਰਨ ਵਿੱਚ ਹੁੰਦਾ, ਕਦੇ ਆਸ਼ਾ ਚਿੰਤਾ ਤ੍ਰਿਸ਼ਨਾ ਮਜ਼ਹਬਾਂ ਦੇ ਝਗੜੇ ਪੰਥਾਂ ਦੇ ਝਗੜੇ ਉਹਦੀ ਸ਼ਰਨ ਵਿੱਚ ਹੁੰਦਾ। ਅਸਲ 'ਚ ਕਦੇ ਇਹ ਸਤਿਗੁਰ ਦੀ ਸ਼ਰਨ 'ਚ ਰਹਿੰਦਾ ਹੀ ਨਹੀਂ ਵਿਚਾਰਾ, ਇਹ ਨਹੀਂ ਰਹਿੰਦਾ। ਇਸ ਨੂੰ ਪੁੱਛ ਤਾਂ ਸਹੀ ਪਾਤਸ਼ਾਹ ਕਹਿੰਦੇ, ਕਹੋ ਨਾਨਕ ਸੁਣ ਰਹੇ ਮਨਾ। ਤੂੰ ਸੁਣ ਤੇ ਸਹੀ, ਘਰ ਵਾਲੇ ਨੂੰ ਵੀ ਤਾਂ ਸੁਣਦਾ ਹੀ ਆ, ਘਰ ਵਾਲੇ ਨੂੰ ਵੀ ਤਾਂ ਸੁਣਦੇ ਹੀ ਹੋ, ਪੁੱਤਰਾਂ ਨੂੰ ਵੀ ਤਾਂ ਸੁਣਦੇ ਹੀ ਹੋ, ਮਿੱਤਰਾਂ ਨੂੰ ਵੀ ਤਾਂ ਸੁਣਦੇ ਹੀ ਹੋ, ਦੁਸ਼ਮਣਾਂ ਨੂੰ ਕਚਹਿਰੀਆਂ ਵਿੱਚ ਸੁਣਦੇ ਹੋ, ਕਦੇ ਗੁਰੂ ਨੂੰ ਵੀ ਸੁਣ ਲੈ, ਬਾਣੀ ਨੂੰ ਵੀ ਸੁਣ ਲੈ। ਤੇਰੇ ਭਲੇ ਲਈ ਪਾਤਸ਼ਾਹ ਰੋਜ਼ ਕਹਿੰਦੇ ਨੇ। ਕੀ ਤਕਲੀਫ ਆ ਜੀ, ਇਹਨੂੰ ਪੁੱਛਿਓ ਮਨ ਨੂੰ ਬੈਠ ਕੇ ਆ ਜਾ ਕੇ ਘਰ, ਮਨਾ ਤੈਨੂੰ ਕੀ ਕਸ਼ਟ ਆ, ਤੂੰ ਸੁਣਦਾ ਕਿਉਂ ਨਹੀਂ, ਗੁਰੂ ਨੂੰ ਕਿਉਂ ਨਹੀਂ ਸੁਣਦਾ? ਕਾਰਨ ਕੀ ਆ ਤੇਰਾ ਨਾ ਸੁਣਨ ਦਾ? ਕਾਰਨ ਕੀ ਆ? ਇੱਕੋ ਹੀ ਕਾਰਨ ਹੈ ਕਿ ਲੋਭੀ ਆ, ਇਹ ਲੋਭੀ ਆ। ਤੇ ਲੋਭੀ ਬੰਦਾ ਕਿਸੇ ਦੇ ਨਹੀਂ ਸੁਣਦਾ ਹੁੰਦਾ, ਖਿਆਲ ਰੱਖਣਾ। ਲੋਭੀ ਬੰਦਾ ਕਿਸੇ ਦੇ ਨਹੀਂ ਸੁਣਦਾ, ਸਿਰਫ ਮਨ ਦੀ ਸੁਣਦਾ, ਜੋ ਮਨ ਕਹਿੰਦਾ ਉਹ ਕਰਦਾ। ਜੋ ਮਨ ਕਹਿੰਦਾ ਨਾ ਅਸੀਂ ਉਹ ਕਰਦੇ ਹਾਂ, ਜੋ ਸਤਿਗੁਰ ਕਹਿੰਦੇ ਨੇ ਉਹ ਕਰਦਾ ਨਹੀਂ। ਇਸ ਨੂੰ ਇਉਂ ਲੱਗਦਾ ਵੀ ਜਿਹੜਾ ਗੁਰੂ ਕਹਿੰਦਾ, ਜਿਹੜੇ ਸਤਿਗੁਰ ਕਹਿੰਦੇ ਨੇ, ਉਹਦੇ 'ਚ ਲਾਭ ਕੋਈ ਨਹੀਂ। ਇਸ ਨੂੰ ਇਉਂ ਲੱਗਦਾ ਵੀ ਸੰਸਾਰ ਨਾਲ ਮਿੱਤਰਤਾ ਪਾ ਕੇ ਸਭ ਕੁਝ ਹੋ ਜਾਣਾ, ਬਣ ਜਾਣਾ ਮੇਰਾ, ਤੇ ਜੇ ਗੁਰੂ ਨਾਲ ਮਿੱਤਰਤਾ ਪੈ ਗਈ ਕੀ ਬਣਾ ਦੋ ਗੁਰੂ? ਆਖੋ ਸਤਨਾਮ ਵਾਹਿਗੁਰੂ। ਇਸ ਨੂੰ ਜੇ ਪਤਾ ਲੱਗ ਜਾਏ ਵੀ ਸਤਿਗੁਰ ਸਭ ਕੁਝ ਸਵਾਰ ਦਿੰਦੇ ਨੇ, ਜੇ ਕੁਝ ਲੈਣਾ। ਕਈ ਵਾਰ ਆਪ ਜੀ ਨੇ ਬੇਨਤੀ ਕੀਤੀ ਆ, ਸੰਸਾਰ ਦੇ ਲੋਕ ਅੱਬਲ ਤਾਂ ਸੁੱਖ ਦਿੰਦੇ ਨਹੀਂ, ਜੇ ਦੇਣਗੇ ਵੀ ਤਾਂ ਇੱਕ ਅੱਧਾ ਥੋੜ੍ਹੀ ਦੇਰ ਲਈ। ਜਿੱਥੇ ਅਸੀਂ ਬੈਠੇ ਨਾ ਮੇਰੇ ਪਾਤਸ਼ਾਹ ਕਹਿੰਦੇ, ਮੈਂ ਤਾਂ ਲੱਖ ਤੋਂ ਸ਼ੁਰੂ ਕਰਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਸਤਿਗੁਰ, ਜੇ ਬੜਾ ਵੱਡਾ ਸ਼ਬਦ ਆਇਆ, ਜੇ ਸਤਿਗੁਰ ਨਦਰ ਕਰੇ। ਔਰ ਖਿਆਲ ਰੱਖਣਾ ਉਹਦੀ ਕੋਈ ਬਹੁਤੀ ਕਈ ਵਾਰੀ ਕੀਮਤ ਵੀ ਨਹੀਂ ਹੁੰਦੀ ਜੇ ਉਹ ਨਦਰ ਕਰਦਾ ਤਾਂ। ਬਾਬਾ ਬੁੱਢਾ ਜੀ ਨੇ ਇੱਕ ਗੜਵਾ ਸਿਰਫ ਦੁੱਧ ਦਾ ਲਿਆਂਦਾ, ਪਾਤਸ਼ਾਹ ਜੀ ਨੇ ਨਦਰੀ ਨਦਰ ਨਿਹਾਲ ਕਰ ਦਿੱਤਾ। ਇੱਕ ਗੜਵਾ ਕੋਈ ਬਹੁਤੇ ਮੁੱਲ ਦਾ ਨਹੀਂ ਹੁੰਦਾ। ਪੀਰ ਬੁੱਢਣ ਸ਼ਾਹ ਜੀ ਨੇ ਇੱਕ ਪਿਆਲਾ ਹੀ ਦੁੱਧ ਦਾ ਲਿਆਂਦਾ, ਸਤਿਗੁਰ ਨੇ ਬਚਨ ਕਰ ਦਿੱਤਾ, ਹੁਣ ਨਹੀਂ ਛਕਾਂਗੇ, ਛੇਵੇਂ ਜਾਮੇ ਜਾ ਕੇ ਛਕਾਂਗੇ। ਇੱਕ ਖਿਆਲ ਰੱਖਣਾ, ਗੱਲ ਸ਼ਰਧਾ ਤੋਂ ਚੱਲਣੀ ਹੈ, ਜਦੋਂ ਮਰਜ਼ੀ ਚਲਾ ਲੈ, ਉਸ ਦੀ ਫੀਸ ਸ਼ਰਧਾ ਹੈ।
ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ ਸਤਿਗੁਰ ਨੂੰ ਸੁਣ। ਸਿੰਘ ਸਾਹਿਬ ਜੀ ਵੀ ਬੈਠੇ ਨੇ, ਮੇਰੇ ਪਤਵੰਤੇ ਮਿੱਤਰ ਨੇ, ਭਰਾ ਨੇ ਛੋਟੇ, ਬਹੁਤ ਨਿਮਰਤਾ, ਬੜੇ ਪਿਆਰ ਵਾਲੇ ਨੇ। ਨਹੀਂ ਤਾਂ ਕਈ ਵਾਰੀ ਗੁਣ ਆ ਜਾਏ ਬੰਦੇ 'ਚ ਤਾਂ ਉਹ ਦੂਜਿਆਂ ਨੂੰ ਟਿੱਚ ਸਮਝਦਾ। ਆਖੋ ਸਤਨਾਮ ਵਾਹਿਗੁਰੂ। ਅਸਲ 'ਚ ਜਿਸ ਰੁੱਖ ਨੂੰ ਫਲ ਲੱਗਦੇ ਨੇ ਨਾ, ਉਹ ਨੀਵਾਂ ਹੀ ਹੁੰਦਾ ਚਲੇ ਜਾਂਦਾ। ਔਰ ਖਿਆਲ ਰੱਖਣਾ, ਜਿਤਨਾ ਵੱਡਾ ਰੁੱਖ ਹੋਏਗਾ ਓਨਾ ਹੀ ਛੋਟਾ ਫਲ ਹੁੰਦਾ। ਕਦੇ ਜਾਮਣ ਦੇਖੀ ਹੋਣੀ ਆ, ਨਿੱਕਾ ਜਿਹਾ ਫਲ ਹੁੰਦਾ, ਉਸ ਤੋਂ ਛੋਟਾ ਅੰਬ ਹੁੰਦਾ, ਉਸ ਤੋਂ ਵੱਡਾ ਫਲ ਹੁੰਦਾ, ਉਸ ਤੋਂ ਛੋਟੇ ਸੰਤਰੇ ਹੁੰਦੇ ਨੇ, ਮਾਲਟੇ ਹੁੰਦੇ ਨੇ, ਉਸ ਤੋਂ ਵੱਡਾ ਫਲ ਹੁੰਦਾ। ਤੁਸੀਂ ਕਦੇ ਮਤੀਰਿਆਂ ਦੀਆਂ ਵੇਲਾਂ, ਜਿਹਨੂੰ ਹਦਵਾਣੇ ਕਹਿੰਦੇ ਹੋ, ਖਰਬੂਜ਼ਿਆਂ ਦੀਆਂ ਵੇਲਾਂ ਥੱਲੇ ਵਿਛੀਆਂ ਹੁੰਦੀਆਂ, ਐਡਾ ਵੱਡਾ ਫਲ ਲੱਗਦਾ। ਜਿਤਨਾ ਕੋਈ ਨੀਵਾਂ ਹੁੰਦਾ ਜਾਂਦਾ, ਓਨਾ ਹੀ ਵੱਡਾ ਫਲ ਲੱਗਦਾ ਜਾਂਦਾ। ਅਤੇ ਪਾਤਸ਼ਾਹ ਕਹਿੰਦੇ ਨੇ, ਨੀਵਾਂ ਰਿਹਾ ਕਰ। ਨੀਵਾਂ ਨਹੀਂ ਵੀ ਧਰਤੀ 'ਤੇ ਲੰਮੇ ਪੈਣ ਨੂੰ ਕਹਿੰਦੇ, ਨੀਵਾਂ ਨਿਮਰਤਾ। ਗੁਰਮੁਖ ਹਿਰਦੇ ਗਰੀਬੀ ਆਵੇ, ਗਰੀਬੀ ਨਿਮਰਤਾ ਨੂੰ ਕਹਿੰਦੇ ਨੇ। ਪਰ ਜੇ ਕਿਤੇ ਸੇਵਾ ਦਾ, ਸਤਸੰਗ ਦਾ, ਸਿਮਰਨ ਦਾ ਫਲ ਲੱਗ ਜਾਏ, ਜੇ ਕਿਤੇ ਗੁਰੂ ਦੀ ਕਿਰਪਾ ਹੋ ਜਾਏ, ਫਿਰ ਤੇ ਉਸਦੀ ਕਿਰਪਾ ਕਿਵੇਂ ਵਰਸਦੀ ਆ। ਕਦੇ ਕਦੇ ਬੰਦ ਬੰਦ ਕੱਟ ਜਾਂਦਾ, ਫਿਰ ਕਿਰਪਾ ਕਰਦਾ, ਫਿਰ ਨਦਰ ਹੁੰਦੀ ਆ। ਕਦੇ ਕਦੇ ਕੀਮਾ ਹੋ ਜਾਂਦਾ, ਕੀਮਾ ਕੀਮਾ ਸਿੱਖ ਹੋ ਜਾਂਦਾ, ਫਿਰ ਨਦਰ ਕਰਦਾ। ਕਦੇ ਕਦੇ ਦੇਗਾਂ 'ਚ ਉਬਾਲੇ ਖਾਂਦਾ, ਫਿਰ ਨਦਰ ਹੁੰਦੀ ਆ। ਓਹੋ ਭਾਈ, ਮੋਤੀ ਰਾਮ ਮਹਿਰੇ ਨੇ ਵੀ ਦੁੱਧ ਪਿਆਇਆ ਸੀ, ਪਰ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ, ਫਿਰ ਨਦਰ ਕੀਤੀ। ਖਿਆਲ ਰੱਖਣਾ, ਉਸਦਾ ਪੈਮਾਨਾ ਕੋਈ ਨਹੀਂ, ਪੈਮਾਨਾ ਕੋਈ ਨਹੀਂ। ਕਰਕੇ ਜਿੰਨਾ ਵੇਖਿਆ ਸੇਵਾ ਨੂੰ ਲੱਗਦਾ ਮੇਵਾ, 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 ਕਰਕੇ ਜਿੰਨਾ ਵੇਖਿਆ ਸੇਵਾ ਨੂੰ ਲੱਗਦਾ ਮੇਵਾ, ਕਰਕੇ ਜਿੰਨਾ ਵੇਖਿਆ ਸੇਵਾ ਨੂੰ ਲੱਗਦਾ ਮੇਵਾ। ਕਿਹੋ ਜੀ ਸੇਵਾ ਕਰਦੇ ਜੀ? ਸੇਵਾ ਕਰਤ ਹੋਏ ਨਿਹਕਾਮੀ। ਇਹ ਤਾਂ ਸੇਵਾ ਦੇ ਨਾਲ ਡਿਮਾਂਡ ਦੀ ਵੱਡੀ ਲਿਸਟ ਰੱਖੀ ਇਸਨੇ। ਸੇਵਾ ਥੋੜੀ, ਮੰਗਣ ਬਹੁਤ। ਸੇਵਾ ਥੋੜੀ ਤੇ ਪਾਤਸ਼ਾਹ ਕਹਿੰਦੇ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਿੱਖ ਦਾ ਇੱਕ ਟਾਰਗੇਟ ਹੈ ਅਕਾਲ ਫਤਿਹ। ਫਿਰ ਸੁਣਨਾ ਜ਼ਰਾ, ਸਿੱਖ ਦਾ
ਥੱਲੇ ਕੋਈ ਮੰਗ ਨਹੀਂ ਸਿੱਖਦੀ ਵੀ ਪੁੱਤਰ ਮਿਲ ਜਾਏ, ਕੋਈ ਧੀ ਮਿਲ ਜਾਏ, ਕੋਈ ਪੈਸੇ ਮਿਲ ਜਾਣ, ਕੋਈ ਨੌਕਰੀ ਮਿਲ ਜਾਏ। ਤਾਂ ਛੋਟੇ ਛੋਟੇ ਮੰਗਤਿਆਂ ਦੀ ਮੰਗ ਆ, ਪਰ ਖਾਲਸੇ ਦੀ ਤਾਂ ਮੰਗ ਹੈ ਅਕਾਲ ਫਤਿਹ ਦੀ, ਖਾਲਸ ਕੁਦਰਤ ਦੀ ਮੰਗ ਹੈ ਉਸਦੀ, ਉਸ ਤੋਂ ਪਿੱਛੇ ਗੱਲ ਹੀ ਨਹੀਂ ਕਰਦਾ। ਬਾਬਾ ਕਬੀਰ ਸਾਹਿਬ ਕਹਿੰਦੇ ਰਾਜ ਨਾ ਚਾਹੂੰ, ਜਿਹਦੇ ਲਈ ਪੇਟੀਆਂ ਚੱਕੀ ਫਿਰਦਾ ਨਾ ਸ਼ਰਾਬ ਦੀਆਂ, ਪਤਾ ਨਹੀਂ ਉਹ ਕੁਰਸੀ ਰਹਿਣੀ ਵੀ ਕਿ ਨਹੀਂ। ਆਖੋ ਸਤਨਾਮ ਵਾਹਿਗੁਰੂ। ਖਿਆਲ ਰੱਖਣਾ ਜਿਸ ਦਿਨ ਉਹ ਸ਼ਮਸ਼ਾਨ ਘਾਟ 'ਚ ਕਿਲੋ ਕੁ ਸਵਾਰ ਰਹਿ ਜਾਣੀ ਨਾ, ਵਿੱਚੇ ਹੀ ਕੁਰਸੀਆਂ, ਵਿੱਚੇ ਹੀ ਉਹਦੇ ਸਾਰੇ ਫੂਕੇ ਜਾਣੇ ਨੇ, ਉਸ ਦਿਨ ਹੀ ਆਖੋ ਸਤਨਾਮ ਵਾਹਿਗੁਰੂ। ਕੀ ਕਹਿੰਦੇ ਬਾਬਾ ਜੀ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਂ ਦੇ। ਕਬੀਰ ਸਾਹਿਬ ਕਹਿੰਦੇ ਨੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਰਾਤ। ਸਾਡੀ ਤਾਂ ਕਦੀ ਓਡੀ ਸੁਰਤ ਵੀ ਨਹੀਂ ਉੱਠਦੀ, ਰੌਲਾ ਤਾਂ ਇਸ ਗੱਲ ਦਾ, ਸਾਡੀ ਤਾਂ ਸੁਰਤ ਹੀ ਨੀਵੀਂ ਆ, ਕੀਤਾ ਕੀ ਜਾਏ। ਸਾਡੀ ਤਾਂ ਮੰਗ ਹੀ ਇੰਨੀ ਘਟੀ ਆ ਜਿਹੜੀ ਮੁੱਕ ਜਾਣੀ ਆ, ਜਿਹੜੀ ਰਹਿਣੀ ਨੇ। ਧਨ ਪੁੱਛਾਂਗੇ ਧਨ ਮੁੱਕ ਜਾਣਾ, ਧੀਆਂ ਪੁੱਤਰ ਡਿਮਾਂਡ ਕਰਾਂਗੇ, ਮੰਗ ਕਰਾਂਗੇ, ਰਹਿਣੇ ਨਹੀਂ, ਕੁਝ ਵੀ ਨਹੀਂ ਰਹਿੰਦਾ ਇਸ ਸੰਸਾਰ ਤੇ। ਸਿਰਫ ਸਤਿਗੁਰੂ ਕਹਿੰਦੇ ਚਾਰ ਰਹਿੰਦੇ ਨੇ, ਨਾਮ ਰਹਿਓ, ਸਾਧੂ ਰਹਿਓ, ਸੁਣ ਲੈਣਾ ਜੀ, ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਚਾਰ ਰਹਿਣਗੇ, ਸਦਾ ਹੀ ਰਹਿੰਦੇ ਨੇ। ਮੈਂ ਇੱਕ ਬੇਨਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਰਨ ਲੱਗਾ ਆਪ ਜੀ ਨੂੰ, ਜਦ ਤੱਕ ਇਸ ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਣਗੇ, ਉਦੋਂ ਤੱਕ ਸੰਤਾਂ ਦੀ ਹਸਤੀ ਨੂੰ ਕੋਈ ਮਿਟਾ ਨਹੀਂ ਸਕੇਗਾ। ਸਤਿ ਸ੍ਰੀ ਅਕਾਲ। ਅਸੀਂ ਨਹੀਂ ਕਹਿੰਦੇ, ਪਾਤਸ਼ਾਹ ਕਹਿੰਦੇ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਨ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉਂ ਬਣਾਈ, ਸਾਡੀ ਨਹੀਂ ਬਣੀ, ਕਿਉਂਕਿ ਕਾਰਨ ਇੱਕੋ ਹੀ ਹੋਇਆ, ਸਾਨੂੰ ਕੋਈ ਆਪਣੇ ਤੋਂ ਬਗੈਰ ਸੰਤ ਦਿਸਦਾ ਹੀ ਨਹੀਂ। ਆਖੋ ਸਤਨਾਮ ਵਾਹਿਗੁਰੂ। ਆਪਣੇ ਤੋਂ ਬਗੈਰ ਕੋਈ ਸੰਤ ਹੀ ਨਹੀਂ ਦਿਸਦਾ, ਕੋਈ ਗੁਰਮੁਖ ਹੀ ਨਹੀਂ ਦਿਸਦਾ। ਮੇਰੇ ਪਾਤਸ਼ਾਹ ਕੀ ਕਹਿੰਦੇ ਨੇ, ਸੰਤ ਸਾਗਰ ਪਾਰ ਉਤਰੀ ਹੈ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਸਤਿਗੁਰੂ ਨੂੰ ਕਿਵੇਂ ਕਹਿ ਦੇਣ ਤੁਸੀਂ ਝੂਠ ਬੋਲਦੇ ਹੋ? ਆ ਦੇਖੋ ਨਾ, ਆਪ ਜੀ ਅੱਜ ਆਇਓ, ਜਿਉਂ ਹੀ ਤੁਸੀਂ ਇਸ ਗੇਟ ਦੇ ਵਿੱਚੋਂ ਦੀ ਲੰਘੇ ਹੋ, ਸੰਗਤ ਸੇਵਾਦਾਰ ਹੱਥ ਜੋੜ ਕੇ ਖੜ੍ਹੇ ਸਨ, ਬੇਨਤੀ ਕਰ ਰਹੇ ਸੀ ਸਾਧ ਸੰਗਤ ਜੀ ਜੋੜਿਆਂ ਦੀ ਸੇਵਾ ਦਿਓਗੇ। ਜਦੋਂ ਕਿਤੇ ਵੀ ਖੜ੍ਹੇ ਹੋਈਏ ਨਾ, ਸੇਵਾਦਾਰ ਖੜ੍ਹੇ ਹੁੰਦੇ ਨੇ, ਸੰਗਤ ਜੀ, ਸਾਧ ਸੰਗਤ ਜੀ ਜਲ ਛਕੋਗੇ, ਸਾਧ ਸੰਗਤ ਜੀ ਪ੍ਰਸ਼ਾਦਾ ਛਕੋਗੇ, ਸਾਧ ਸੰਗਤ ਜੀ ਜਲ ਪਾਣੀ ਛਕੋਗੇ, ਤੁਸੀਂ ਹੈਰਾਨ ਹੋ ਜਾਓਗੇ। ਜਿਉਂ ਹੀ ਸਤਿਗੁਰੂ ਜੀ ਦੇ ਸਨਮੁੱਖ ਅਸੀਂ ਆਏ, ਬੰਦਾ ਬਲੈਕੀਆ ਹੋਵੇ, ਸਮੈਕੀਆ ਹੋਵੇ, ਚੋਰ ਹੋਵੇ, ਠੱਗ ਹੋਵੇ, ਜੁਹਾਰੀਆ ਹੋਵੇ, ਸਾਹਮਣੇ ਆਉਂਦੇ ਹੀ ਸਾਧ ਬਣ ਗਿਆ। ਐਡਾ ਵੱਡਾ ਸਤਿਗੁਰ ਕਿੱਥੇ ਮਿਲਣਾ, ਜਿਹੜਾ ਆਉਂਦੇ ਹੀ ਦਰਸ਼ਨ ਜਿਹੜਾ ਕਰਦਾ ਅੰਦਰ ਸਾਧ ਬਣਾ ਦਿੰਦਾ, ਐਡਾ ਵੱਡਾ ਸਤਿਗੁਰ ਕਿੱਥੇ ਮਿਲੇਗਾ? ਕੋਈ ਔਗਣ ਨਹੀਂ ਦੇਖੇ, ਓਹੋ ਕਦੇ ਔਗਣ ਕੋ ਤਾਂ ਚਿਤਾਰੇ ਪੂਰਨ ਭਗਵਾਨਾ, ਸਾਡੇ ਔਗਣ ਨਹੀਂ ਦੇਖਦੇ। ਔਗਣ ਤਾਂ ਕਿਹਨੂੰ ਨਹੀਂ ਪਤਾ ਸਾਡੇ, ਸਭ ਤੋਂ ਵੱਧ ਔਗਣ ਸਾਨੂੰ ਆਪਣੇ ਪਤਾ, ਜਾਂ ਰੱਬ ਜਾਣਦਾ ਜਾਂ ਅਸੀਂ ਜਾਣਦੇ ਹਾਂ। ਅਸੀਂ ਲੱਖ ਲੋਕਾਂ ਨੂੰ ਕਹਿ ਲਈਏ, ਐਵੇਂ ਲੋਕ ਕਹਿੰਦੇ ਨੇ, ਖਿਆਲ ਰੱਖਣਾ ਗੁਰੂ ਸਾਹਮਣੇ ਸੱਚੇ ਹੋਣ ਦੀ ਲੋੜ ਨਹੀਂ, ਰੱਬ ਸਾਹਮਣੇ ਵੀ ਸੱਚੇ ਹੋਣ ਦੀ ਲੋੜ ਨਹੀਂ,
जब तक ये अपने अंदर आप सच्चा आ उदों तक गुरु के सामने भी सच्चा तो रब सामने भी सच्चा। जिसने ने अंदरों झूठे होना भी लख रौला पाता रहे इनू पता आ ये अंदरों झूठा। तो पातशाह कहते अंदरों झूठे पैज बाहर दुनिया अंदर फैल। जे तू अंदरों झूठा है ना जिन्हिया मर्जी झूठिया कसम खाई जा क्योंकि वह भी तेरे अंदर ही बैठा है। अंतर बाहर प्रभु का वासा ये गुर ज्ञान बताई। मैं देख तेरे अंदर भी रब बैठा तेरे बाहर भी रब बैठा पर तू आप ही उत्थे है नहीं। जेड़ा बंदा आप ही घर है नहीं भावें हजारां बंदे आउंदे रहन घर विच जद घर वाला ही है नहीं कित्थे रहिंदे हो दसोगे। देखो पातशाह किन्नी कृपा करदे ने। बाबा फरीद कहंदे ने टुक दम करारी जो कर। आ देख असल जे मन दो जगह रहिंदा जां ते भूतकाल दीआं गल्लां करदा। ते मेरे साढ़े जी बजुर्ग बड़े वड्डे सी जी बड़े वड्डे साढ़े सी बजुर्ग बड़े काम कीते वड्डे दुनिया जानदी सी जां तां ये ड्रामेबाजी करदा रहिंदा भी असीं को घट नहीं सी जां फिर भविख की सोचता रहिंदा भी मेरे तो तां कुछ नहीं होया। आ देख मेरे पुत्र डी सी लग गए मेरे पुत्र अफसर लग गए। ਇਹ ਜਾਂ ਪਿੱਛੇ ਰਹਿੰਦਾ ਜਾਂ ਅੱਗੇ ਰਹਿੰਦਾ। ਪਾਤਸ਼ਾਹ ਕਹਿੰਦੇ ਬਚਣਾ ਉਦੋਂ ਆ ਗੁਰਸਿੱਖ ਵਰਤਮਾਨ ਵਿੱਚ ਵਰਤਦਾ। ਆਇਆ ਹੋਇਆ ਸਵਾਸ ਬਾਬਾ ਫਰੀਦ ਕਹਿੰਦੇ ਨੇ ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਆ ਦੇਖ ਰੱਬ ਨੂੰ ਪਾਉਣ ਲਈ ਕੋਈ ਸਾਲ ਨਹੀਂ ਚਾਹੀਦੇ ਕੋਈ ਸਦੀਆਂ ਨਹੀਂ ਚਾਹੀਦੀਆਂ। ਤੂੰ ਆਪਣੇ ਸਵਾਸ ਦੇ ਜਿੱਦਾਂ ਕਹਿੰਦੇ ਨੇ ਕੱਟ ਇਨ ਪੀਸ ਹਰ ਸਵਾਸ ਵਿੱਚ ਉਹਦੀ ਯਾਦ ਨੂੰ ਫਿੱਟ ਕਰਦੇ ਉਹਦੀ ਯਾਦ 'ਚ ਜਾਵੇ ਰੱਬ ਤਾਂ ਤੇਰੇ ਕੋਲ ਬੈਠਾ ਹਾਜ਼ਰ ਹਜ਼ੂਰ ਖੁਦਾਏ। ਤੂੰ ਆਪ ਹੀ ਗੈਰ ਹਾਜ਼ਰ ਰਹਿੰਦਾ ਇਸ ਕਰਕੇ ਤੂੰ ਦੁਖੀ ਆ। ਤੇਰੇ ਦੁੱਖ ਦਾ ਕਾਰਨ ਰੱਬ ਨਹੀਂ ਰੱਬ ਦਾ ਵਾਸਤਾ ਤੇਰੇ ਦੁੱਖ ਦਾ ਕਾਰਨ ਤੂੰ ਆ। ਕੀ ਹੈ ਜੀ ਦੁੱਖ ਕਿਉਂ ਆ? ਮਨਮੁਖ ਇੱਕੋ ਹੀ ਗੱਲ ਕਹਿੰਦਾ ਵੀ ਜੋ ਰੱਬ ਨੇ ਦਿੱਤਾ ਉਹ ਬਹੁਤ ਥੋੜ੍ਹਾ। ਕੀ ਹੈ ਜੀ ਸਾਡੇ ਕੋਲ ਲੋਕ ਕਿੱਥੇ ਪਹੁੰਚ ਗਏ? ਗੁਰਮੁਖ ਇੱਕੋ ਹੀ ਗੱਲ ਕਹਿੰਦਾ ਦਾਤਾ ਸਭ ਕੁਛ ਬਹੁਤੋ ਬਹੁਤ ਪਾਇਆ। ਦਾਤਾ ਜੀ ਇਹ ਮੂਰਖ ਤਾਂ ਇਸ ਕਾਬਲ ਵੀ ਨਹੀਂ ਸੀ ਜੋ ਆਪ ਜੀ ਨੇ ਬਖਸ਼ਿਸ਼ਾਂ ਦਿੱਤੀਆਂ। ਮੈਂ ਤਾਂ ਧੰਨਵਾਦ ਕਰਨ ਆਇਆ ਹਾਂ ਆਖੋ ਸਤਨਾਮ। ਤੂੰ ਸ਼ੁਕਰਾਨਾ ਕਰਿਆ ਕਰ ਤੂੰ ਸ਼ੁਕਰ ਕਰਿਆ ਕਰ ਮਾਲਕ ਦਾ। ਰੋਂਦਾ ਆਉਂਦਾ ਚੰਗਾ ਪਲਕ ਹੱਸਦਾ ਹੁੰਦਾ ਘਰ। ਜਿਉਂ ਹੀ ਗੁਰਦੁਆਰਾ ਸਾਹਿਬ ਦੇ ਉਸ ਚਾਰ ਦੀਵਾਰੀ 'ਚ ਅੰਦਰ ਆਉਂਦਾ ਰੋਂਦਾ ਪਿੱਟਦਾ ਆਉਂਦਾ ਮੇਰਾ ਨਹੀਂ ਕੁਝ ਬਣਿਆ ਮੇਰਿਆਂ ਦਾ ਕੁਝ ਨਹੀਂ ਬਣਿਆ ਲੁੱਟੇ ਗਏ। ਏਡਾ ਬੇਸਬਰਾ ਬਗੈਰ ਬ੍ਰੇਕੋਂ ਗੱਡੀ ਨਾ ਇਹਦੀ ਗੱਡੀ ਦਾ ਸਟੇਅਰਿੰਗ ਹੀ ਆ ਨਾ ਇਹਦੀ ਗੱਡੀ ਦੀਆਂ ਬ੍ਰੇਕਾਂ ਹੀ ਆ। ਅਤੇ ਜਿਸ ਗੱਡੀ ਦੀਆਂ ਬ੍ਰੇਕਾਂ ਅਤੇ ਸਟੇਅਰਿੰਗ ਨਾ ਹੋਵੇ ਉਹਨੇ ਕਿਸੇ ਵੇਲੇ ਵੀ ਕਿਸੇ ਖਤਾਨ 'ਚ ਡਿੱਗ ਪੈਣਾ ਟੋਏ 'ਚ ਡਿੱਗ ਪੈਣਾ। ਇਹਨੇ ਨਹੀਂ ਬਚਣਾ ਕਿਉਂਕਿ ਇਹਨੂੰ ਪਤਾ ਹੀ ਨਹੀਂ ਇਹਨੂੰ ਸਟੇਅਰਿੰਗ ਜਿਹੜਾ ਇਹਦਾ ਇਹ ਤਾਂ ਸਤਿਗੁਰੂ ਨੂੰ ਦੇਣਾ ਸੀ। ਜਿਹੜਾ ਮਿਲਾਪ ਵਧੀਆ ਹੋਵੇ ਉਹੀ ਪਾਰ ਲੈ ਕੇ ਜਾਂਦਾ ਨਾ ਬੇੜੀ 'ਚ। ਇਹ ਕਹਿੰਦਾ ਮੈਂ ਬੇੜੀ ਆਪਣੀ ਆਪ ਚਲਾਉਣੀ ਆ ਇਹਨੇ ਤਾਂ ਡੁੱਬਣਾ ਹੀ ਡੁੱਬਣਾ। ਇਹ ਮਿਲਾ ਤੋਂ ਨਾ ਚੱਪੂ ਖੋ ਕੇ ਆਪ ਚਲਾਉਣਾ ਚਾਹੁੰਦਾ ਉਸ ਬੇੜੀ ਨੂੰ ਜੀਵਨ ਦੀ ਬੇੜੀ ਨੂੰ। ਅਤੇ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ। ਆ ਦੇਖ ਤੇਰੇ ਜੀਵਨ ਦੀ ਬੇੜੀ ਵਿੱਚ ਇੱਕ ਛੇਕ ਨਹੀਂ ਹਜ਼ਾਰਾਂ ਛੇਕ ਆਏ ਨੇ ਡੁੱਬ ਜਾਣਾ। ਕਹਿੰਦੇ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਏਡਾ ਬੋਝ ਲਈ ਬੈਠਾ ਪੋਤਿਆਂ ਦਾ ਕੁਝ ਨਹੀਂ ਬਣਿਆ ਜੀ ਦੋਤਿਆਂ ਦਾ ਕੁਝ ਨਹੀਂ ਬਣਿਆ ਧੀਆਂ ਦਾ ਕੁਝ ਨਹੀਂ ਬਣਿਆ। ਕਥਾ ਇੱਕੋ ਹੀ ਕਰਦੇ ਕਿਤੇ ਚਲੇ ਜਾਣ ਚੋਰ ਕੋਲ ਚਲੇ ਜਾਈਏ ਸਾਧ ਕੋਲ ਚਲੇ ਜਾਈਏ ਉੱਥੇ ਵੀ ਇਹੋ ਜਿਹੀ ਕਥਾ ਜੀ ਜੀ ਕਾਕਾ ਇੱਥੇ ਹੀ ਆ ਜੀ ਬਾਹਰ ਦੇ ਕਾਗਜ਼ ਲਾਏ ਆ ਜੀ ਪਤਾ ਨਹੀਂ ਕਿੱਥੇ ਜਾਣਾ ਇਹਨੇ ਆਖੋ ਸਤਨਾਮ। ਵਾਹਿਗੁਰੂ ਪਤਾ ਨਹੀਂ ਇਹਨੇ ਜਾਣਾ ਕਿੱਥੇ ਇਹ ਹੀ ਨਹੀਂ ਪਤਾ ਜਾਣਾ ਕਾਹਦੇ ਲਈ ਇਹ ਵੀ ਨਹੀਂ ਪਤਾ
ਪਰ ਇਹਨੂੰ ਇੰਨਾ ਕੁ ਪਤਾ ਵੀ ਇੱਥੇ ਮੈਂ ਭੁੱਖਾ ਆ, ਉੱਥੇ ਮੈਨੂੰ ਰੱਜ ਆ ਜਾਣਾ, ਪਤਾ ਨਹੀਂ ਉੱਥੇ ਕੀ ਮਿਲ ਜਾਣਾ। ਇਹਨੂੰ ਸਬਰ ਨਹੀਂ। ਪਾਤਸ਼ਾਹ ਇੱਕੋ ਹੀ ਗੱਲ ਕਹਿੰਦੇ ਨੇ, ਉਹ ਜਾਣਦਾ, ਅਕਾਲ ਪੁਰਖ ਜਾਣਦੇ ਨੇ, ਸਤਿਗੁਰ ਜਾਣਦੇ ਨੇ ਕਦੋਂ ਦੇਣਾ, ਕਿੰਨਾ ਦੇਣਾ, ਕਿਹਨੂੰ ਦੇਣਾ। ਉਹਨੂੰ ਪਤਾ ਆ ਤੂੰ ਲੱਖ ਦੌੜਾਂ ਲਾਈ ਜਾ, ਤੁਰਮਸਤਕ ਲਿਖਿਆ। ਅਦੇਖ ਪਾਤਸ਼ਾਹ ਕੀ ਕਹਿੰਦੇ ਨੇ, ਤੇਰੇ ਭਾਗਾਂ ਦਾ ਤੈਨੂੰ ਮਿਲ ਜਾਣਾ। ਰੌਲਾ ਕਿੱਥੇ ਪਿਆ? ਸਮੇਂ ਤੋਂ ਪਹਿਲਾਂ ਮੰਗਦਾ, ਮੁਕੱਦਰ ਤੋਂ ਜ਼ਿਆਦਾ ਮੰਗਦਾ। ਆਖੋ ਸਤਨਾਮ ਵਾਹਿਗੁਰੂ। ਫਿਰ ਸੁਣਨਾ ਜ਼ਰਾ, ਸਮੇਂ ਤੋਂ ਪਹਿਲਾਂ ਮੰਗਦਾ, ਮੁਕੱਦਰ ਤੋਂ ਜ਼ਿਆਦਾ ਮੰਗਦਾ, ਇਹਦੀ ਭੁੱਖ ਨਹੀਂ ਮਿਟਣੀ। ਆਖੋ ਸਤਨਾਮ ਵਾਹਿਗੁਰੂ। ਡੋਲਦਾ ਰਹਿੰਦਾ। ਪਤਾ ਕੀ ਅਰਦਾਸ ਕਰਨੀ ਪਾਤਸ਼ਾਹ ਅੱਗੇ? ਸਤਿਗੁਰ ਐਸੀ, ਸਤਿਗੁਰ ਐਸੀ ਕਿਰਪਾ ਕਰ ਦਿਓ ਮੇਰਾ ਮਨ ਕਦੇ ਵੀ ਡੋਲੇ ਨਾ। ਐਸੀ ਕਿਰਪਾ ਕਰ ਦੇ ਮੇਰਾ ਮਨ ਕਦੇ ਵੀ ਡੋਲੇ ਨਾ। ਸਤਿਗੁਰ ਐਸੀ ਕਿਰਪਾ ਕਰ ਦੇ ਮੇਰਾ ਮਨ ਕਦੇ ਵੀ ਡੋਲੇ ਨਾ। ਸਤਿਗੁਰ ਐਸੀ ਕਿਰਪਾ ਕਰ ਦੋ ਮੇਰਾ ਮਨ ਕਦੇ ਵੀ ਡੋਲੇ ਨਾ। ਐਸੀ ਕਿਰਪਾ ਕਰ ਦਿਓ ਮੇਰਾ ਮਨ ਕਦੇ ਵੀ ਡੋਲੇ ਨਾ। ਸਤਿਗੁਰ ਐਸੀ ਕਿਰਪਾ ਕਰ ਦਿਓ ਮੇਰਾ ਮਨ ਕਦੇ ਵੀ ਡੋਲੇ ਨਾ। ਕਦੇ ਵੀ ਡੋਲੇ ਨਾ ਮੇਰਾ ਮਨ, ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ, ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ, ਕਦੇ ਵੀ ਡੋਲੇ ਨਾ। ਐਸਾ ਰਸ ਰਸ ਨਾਮ ਵਿੱਚ ਭਰ ਦਿਓ ਮੰਦਾ ਕਦੇ ਵੀ ਬੋਲੇ ਨਾ। ਐਸਾ ਰਸ ਰਸ ਨਾਮ ਵਿੱਚ ਭਰ ਦਿਓ ਮੰਦਾ ਕਦੇ ਵੀ ਬੋਲੇ ਨਾ। ਐਸਾ ਰਸ ਰਸਨਾ ਵਿੱਚ ਭਰ ਦਿਓ ਮੰਦਾ ਕਦੇ ਵੀ ਬੋਲੇ ਨਾ। ਐਸਾ ਰਸ ਰਸਨਾ ਵਿੱਚ ਭਰ ਦਿਓ ਮੰਦਾ ਕਦੇ ਵੀ ਬੋਲੇ ਨਾ। ਗੁਰ ਐਸੀ ਕਿਰਪਾ ਕਰ ਦਿਓ ਮੇਰਾ ਮਨ ਕਦੇ ਵੀ ਡੋਲੇ ਨਾ। ਸਤਿਗੁਰ ਐਸੀ ਕਿਰਪਾ ਕਰ ਦਿਓ ਮੇਰਾ ਮਨ ਕਦੇ ਵੀ ਡੋਲੇ ਨਾ। ਅਡੋਲ ਤਾਂ ਇਹਨੇ ਉਦੋਂ ਰਹਿਣਾ ਜਦੋਂ ਅਡੋਲ ਦੇ ਨਾਲ ਚਲਾ ਗਿਆ। ਜਿਹੜਾ ਬੰਦਾ ਰੇਲ ਗੱਡੀ 'ਚ ਬੈਠਾ ਆ, ਉਹ ਇਹ ਕਵੇ ਵੀ ਮੈਂ ਡੋਲਣਾ ਨਹੀਂ, ਕਿਵੇਂ ਨਹੀਂ ਡੋਲੂਗਾ, ਕਿਉਂਕਿ ਗੱਡੀ ਤਾਂ ਆਪ ਡੋਲਦੀ ਆ। ਬਾਬਾ ਜੀ ਕਹਿੰਦੇ ਨੇ, ਕਬੀਰ ਮਾਇਆ ਡੋਲਣੀ, ਮਾਇਆ 'ਤੇ ਸਵਾਰੀ ਕਰਦਾ ਹੋਇਆ ਮਨੁੱਖ, ਅਤੇ ਬਾਬਾ ਜੀ ਕਹਿੰਦੇ ਇਹ ਤਾਂ ਆਪ ਡੋਲਦੀ ਆ। ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਹਾਰ। ਆ ਦੇਖਿਆ ਕਦੇ, ਹਵਾ ਥੋੜ੍ਹੀ ਜਿਹੀ ਆਏ ਅਤੇ ਰੁੱਖਾਂ ਦੇ ਪੱਤੇ ਖੜ 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 ਕਰਦੇ ਨੇ। ਇੱਦਾਂ ਹੀ ਇਹਦਾ ਹਾਲ ਆ ਬੰਦੇ ਦੇ ਮਨ ਦਾ। ਮਾੜਾ ਜਿਹਾ ਝੋਲਾ ਜਿਹਾ ਆਉਂਦਾ, ਦੂਜੇ ਨੂੰ ਦੇਖਦਾ, ਆਪ ਵੀ ਦੌੜ ਪੈਂਦਾ, ਆਪ ਵੀ ਖੜਕਦਾ। ਫਿਰ ਆਖੋ ਸਤਨਾਮ ਵਾਹਿਗੁਰੂ। ਇੱਕ ਬੇਨਤੀ ਕਰਾਂ, ਤਨ ਦੇ ਭੁੱਖੇ ਬੰਦੇ ਨੂੰ ਰਜਾਉਣਾ ਕੋਈ ਵੱਡੀ ਗੱਲ ਨਹੀਂ। ਦੋ ਫੁਲਕੇ ਨਹੀਂ ਚਾਰ ਛਕ ਲਓ, ਪਾਣੀ ਇੱਕ ਗਲਾਸ ਨਹੀਂ ਇੱਕ ਜੱਗ ਪੀ ਲਓ। ਤਨ ਦਾ ਭੁੱਖੇ ਨੂੰ ਰਜਾਉਣਾ ਬੰਦੇ ਨੂੰ ਕੋਈ ਵੱਡੀ ਤਕਲੀਫ ਨਹੀਂ, ਇੰਨਾ ਕੁ ਤਾਂ ਰੱਬ ਸਾਰਿਆਂ ਨੂੰ ਦਿੰਦਾ। ਪਰ ਮਨ ਦਾ ਭੁੱਖਾ ਬੰਦਾ, ਉਹਦਾ ਸਟੋਰ ਭਰਿਆ ਪਿਆ, ਘਰ ਪੈ ਭਰਿਆ ਪਏ ਆ, ਜੇਬਾਂ ਭਰੀਆਂ ਪਈਆਂ ਮਾਇਆ ਨਾਲ, ਬੈਂਕਾਂ ਭਰੀਆਂ ਪਈਆਂ, ਪਰ ਫਿਰ ਵੀ ਖਸ ਖਸ ਲੇਵੇ ਵਸਤ ਭਰਾਈ, ਖੁਆਉਂਦਾ ਫਿਰਦਾ ਦੂਜੇ ਦੀ ਮੂੰਹ 'ਚੋਂ ਕੱਢਦਾ। ਮੂੰਹ 'ਚੋਂ ਕੱਢਦਾ ਕਿ ਆਪਣਿਆਂ ਲਈ ਕੁਝ ਹੋ ਜਾਏ। ਆਖੋ ਸਤਨਾਮ ਵਾਹਿਗੁਰੂ। ਇਹਦੀ ਸਦਾ ਹੀ ਸੋਚ ਅੰਦਰੋਂ ਰਹਿੰਦੀ ਆ ਵੀ ਮੈਂ ਆਪਣਿਆਂ ਲਈ ਕੁਝ ਕਰਦਿਆਂ ਜਾਂਦਾ ਜਾਂਦਾ। ਕਦੇ ਇਹਦਾ ਪੜਦਾਦਾ ਕਰਦਾ ਸੀ, ਫਿਰ ਇਹਦਾ ਬਾਬਾ ਕਰਨ ਲੱਗ ਪਿਆ, ਫਿਰ ਇਹਦਾ ਬਾਪ ਕਰਦਾ ਸੀ, ਹੁਣ ਇਹ ਕਰਦਾ।
देखो की बना के जांदा, कल नूं अगे जिहड़े आउण वाले उह करनगे, पर इत्थे कुछ ना बनिया। ते बाबा जी कहिंदे धरती पई अतोलवी, सुनना जरा पंक्ति, धरती पई अतोलवी कोई ना हो सीमित। आ पता नहीं 10-20-50 टन मिट्टी इकट्ठी करके कहिंदा मेरा बंगला देखिया, मेरी कोठी देखी। ते बाबा जी कहिंदे तू तां 10-20-50 टन मिट्टी इकट्ठी करके रोज आले दुआले चक्कर करदा फिरदा, इत्थे तां अतोलवी मिट्टी पई आ, किसी दी नहीं है। पहलां तेरे पड़दादे दा नां सी, फिर तेरे बाबे दा नां आ गया, फिर तेरा नां आ गया, हुण तेरे पुत्रां दा नां आ गया। ये मिट्टी ते ओही रही, पर इस मिट्टी ते जिहड़े वसदे सी उहनां दे नाम बदलदे चले गए। देख तां सही तेरे सामने सी, ते जिवें तू जोर नाल बापू दा गूठा लवा लिया, हुण तेरा लवाउण नूं फिरदे आ वे मरे तों कित्थे जांदे रहांगे, तू पहलां ही लिख दे आखो सतनाम। ਵਾਹਿਗੁਰੂ ਇਹ ਕਹਿੰਦਾ ਜੀਂਦੇ ਜੀ ਮੈਂ ਦਿੰਦਾ ਨਹੀਂ, ਮਰ ਗਿਆ ਜਿਹੜਾ ਮਰਜ਼ੀ ਲੈ ਜਾ, ਤੁਸੀਂ ਤਾਂ ਮੈਨੂੰ ਪਾਣੀ ਵੀ ਨਹੀਂ ਦੇਣਾ। ਇਹ ਸੰਸਾਰ ਹੈ। ਸਤਿਗੁਰ ਕਹਿੰਦੇ ਨੇ ਨਿੱਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ। ਦੇਖੋ ਜੋ ਸਤਿਗੁਰ ਕਹਿੰਦੇ ਨੇ ਵੀ ਇੱਥੇ ਤੇਰਾ ਕੋਈ ਨਹੀਂ। ਇੱਕ ਪੰਕਤੀ ਪੜ੍ਹਿਓ ਤਾਂ ਜ਼ਰਾ, ਸਮਾਂ ਵੀ ਹੋ ਗਿਆ। ਕੀਤਾ ਦੁਨੀਆ ਦਾ ਤਨ ਇਕੱਠਾ, ਤ੍ਰਿਸ਼ਨਾ ਅਜੇ ਵੀ ਮੋਈ ਨਾ। ਦੁਨੀਆ ਦਾ ਤਨ ਇਕੱਠਾ, ਤ੍ਰਿਸ਼ਨਾ ਅਜੇ ਵੀ ਮੋਈ ਨਾ। ਕੀਤਾ ਦੁਨੀਆ ਦਾ ਤਨ ਇਕੱਠਾ, ਤ੍ਰਿਸ਼ਨਾ ਅਜੇ ਵੀ ਮੋਈ ਨਾ। ਕੀਤਾ ਦੁਨੀਆ ਦਾ ਤਨ ਇਕੱਠਾ, ਤ੍ਰਿਸ਼ਨਾ ਅਜੇ ਵੀ ਮੋਈ ਨਾ। ਦੁਨੀਆ ਦਾ ਤਨ ਇਕੱਠਾ, ਤ੍ਰਿਸ਼ਨਾ ਅਜੇ ਵੀ ਮੋਈ ਨਾ। ਕੀਤਾ ਦੁਨੀਆ ਦਾ ਤਨ ਇਕੱਠਾ, ਤ੍ਰਿਸ਼ਨਾ ਅਜੇ ਵੀ ਮੋਈ ਨਾ। ਪੁੱਲ ਵਿੱਚ ਪੈ ਗਿਆ ਯਾਰ, ਕੁੱਤੇ ਆਉਂਦੇ ਵਿੱਚ ਸੰਸਾਰ ਤੂਤੇ। ਪੁੱਲ ਵਿੱਚ ਪੈ ਗਿਆ ਯਾਰ, ਕੁੱਤੇ ਆਉਂਦੇ ਵਿੱਚ ਸੰਸਾਰ ਤੂਤੇ। ਪੁੱਲ ਵਿੱਚ ਪੈ ਗਿਆ ਯਾਰ, ਕੁੱਤੇ ਆਉਂਦੇ ਵਿੱਚ ਸੰਸਾਰ। ਮਾਲਿਕ ਦੀ ਰਾਖੀ ਕਰਦੇ ਤੈਥੋਂ ਉਹ ਵੀ ਹੋਈ ਨਾ। ਉਹ ਮਾਲਕ ਦੀ ਰਾਖੀ ਕਰਦੇ ਤੈਥੋਂ ਉਹ ਵੀ ਹੋਈ ਨਾ। ਕੀਤਾ ਦੁਨੀਆ ਦਾ ਤਨ ਇਕੱਠਾ, ਤ੍ਰਿਸ਼ਨਾ ਅਜੇ ਵੀ ਮੋਈ ਨਾ। ਕੀਤਾ ਦੁਨੀਆ ਦਾ ਤਨ ਇਕੱਠਾ, ਤ੍ਰਿਸ਼ਨਾ ਅਜੇ ਵੀ ਮੋਈ ਨਾ। ਦੇਖ ਰੱਬ ਦੇ ਪਿਆਰੇ ਕੀ ਕਹਿੰਦੇ ਨੇ, ਤੇਰੇ ਨਾਲੋਂ ਤਾਂ ਕੂਕਰ ਚੰਗੇ ਨੇ। ਜਿਸ ਮਾਲਕ ਦਾ ਫੁਲਕਾ ਛਕਦੇ ਨੇ ਸਾਰੀ ਰਾਤ, ਉਹਦੇ ਲਈ ਭੌਂਕਦੇ ਨੇ, ਹਵਾ ਵੀ ਲੱਗ ਜਾਏ ਉਹਦੇ ਗੇਟ ਨੂੰ, ਅਤੇ ਉਹਨਾਂ ਨੂੰ ਹੁੰਦਾ ਕਿਤੇ ਮੇਰੇ ਮਾਲਕ ਦਾ ਕੋਈ ਨੁਕਸਾਨ ਨਾ ਕਰ ਜਾਏ, ਉਹਦੀ ਰਾਖੀ ਕਰਦੇ ਨੇ। ਦੇਖ ਤੈਨੂੰ ਸਭ ਕੁਝ ਦਿੱਤਾ, ਤੂੰ ਵੀ ਉਹਦੇ ਲਈ ਭੌਂਕਿਆ ਕਰ, ਆਖੋ ਸਤਨਾਮ। ਵਾਹਿਗੁਰੂ ਅਸੀਂ ਨਹੀਂ ਕਹਿੰਦੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਆ ਦੇਖ ਕੂਕਰ ਵੱਲ ਦੇਖ, ਹਮ ਕੂਕਰ ਤੇਰੇ ਦਰਬਾਰ। ਸੁਣਨਾ ਜ਼ਰਾ, ਹਮ ਕੂਕਰ ਤੇਰੇ ਦਰਬਾਰ, ਭੌਂਕੇ ਆ ਗਏ ਬਦਲ ਪਸਾਰ। ਦੇਖ ਪਾਤਸ਼ਾਹ ਕੀ ਕਹਿੰਦੇ ਨੇ ਬਾਣੀ ਵਿੱਚ, ਮਾਇਆ ਲਈ ਭੌਂਕੀ ਦਾ ਰੋਜ਼, ਪੁੱਤਰਾਂ ਲਈ ਧੀਆਂ ਲਈ ਭੌਂਕੀ ਦਾ, ਕਿਸੇ ਲੋਭ ਲਈ ਭੌਂਕੀ ਦਾ। ਭੌਂਕਣਾ ਤਾਂ ਇਹਨੂੰ ਆਉਂਦਾ, ਪਰ ਇੱਕ ਗੱਲ ਤੇ ਭੌਂਕਣ ਤੇ ਇਹਨੇ ਕਸਮ ਖਾਧੀ ਹੈ ਵੀ ਇਹਦੇ ਲਈ ਨਹੀਂ ਭੌਂਕਣਾ। ਜੇ ਭੌਂਕਣਾ ਹੀ ਹੈ ਤੇ ਗੁਰੂ ਮਹਿਮਾ ਚ ਕੁਝ ਬੋਲਿਆ ਕਰ, ਆਖੋ ਸਤਨਾਮ। ਵਾਹਿਗੁਰੂ ਜੇ ਬੋਲਣਾ ਹੀ ਆ ਨਾ, ਗੁਰਬਾਣੀ ਉੱਚੀ ਉੱਚੀ ਗਾਇਆ ਕਰ, ਗੁਣ ਗਾਇਆ ਕਰ। ਕਿੰਨੇ ਗਾਉਣੇ ਨੇ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇੱਕ ਵਾਰੀ ਕਹਿ ਦਿਓ ਸਤਨਾਮ। ਵਾਹਿਗੁਰੂ ਧੰਨਵਾਦੀ ਹਾਂ ਪਾਤਸ਼ਾਹ ਜੀ ਦੇ। 10 ਵਜੇ ਤੱਕ ਸਮਾਗਮ ਸੀ, ਅੱਜ ਲੇਟ ਇਸ ਕਰਕੇ ਹੋ ਗਿਆ ਕਿ ਦੁਪਹਿਰੇ ਬਾਰਿਸ਼ ਸੀ, ਫਿਰ ਵੀ ਗੁਰਮੁਖਾਂ ਪਿਆਰੇ ਨੇ ਸਾਰਿਆਂ ਨੇ ਮਿਲ ਕੇ ਫਿਰ ਦੁਬਾਰਾ ਇਹ ਸਭ ਕੁਝ ਕਾਰਜ ਕੀਤਾ।
ਕੱਲ ਲੰਬਾ ਸਮਾਂ ਲਗਾਵਾਂਗੇ, ਚਾਰ ਦਿਨ ਬਾਕੀ ਨੇ, ਅੱਜ ਦਾ ਦਿਨ ਚਲਾ ਗਿਆ। ਖਾਲਸੇ ਦੇ ਇਸ ਵਿਸਾਖੀ ਨੂੰ ਸਮਰਪਿਤ ਜੋ ਹੈ ਅਗਲੇ ਚੌਂ ਦਿਨਾਂ 'ਚ ਵਿਚਾਰ ਕਰਾਂਗੇ। ਪਹਿਲਾਂ ਤਾਂ ਮਿੱਟੀ ਲਾ ਲਈਏ ਗੁੰਗਲੂਆਂ ਤੋਂ, ਪਹਿਲਾਂ ਤਾਂ ਇਸ ਮਨ ਨੂੰ ਥੋੜ੍ਹਾ ਜਿਹਾ ਕੁੱਟੀਏ। ਕਬੀਰ ਸਾਹਿਬ ਕਹਿੰਦੇ, ਕਹੇ ਕਬੀਰ ਇਸ ਮਨ ਕੋ ਕੁੱਟ ਹੈ, ਮਨ ਕੋ ਕੁੱਟ ਹੈ ਅਤੇ ਜੰਮ ਤਾਂ ਛੁੱਟ ਹੈ। ਕੁੱਟਣਾ ਪਤਾ ਕਿਵੇਂ ਆ, ਦਿਸ ਜਿਹੜੀ ਚੀਜ਼ ਦਿਸਦੀ ਨੇ ਉਹਨੂੰ ਕੁੱਟੋਗੇ ਕਿਵੇਂ? ਹਥਿਆਰ ਵੀ ਉਹ ਚਾਹੀਦਾ ਜਿਹੜਾ ਦਿਸੇ ਨਾ। ਇਹ ਸ਼ਬਦ ਨਾਲ ਕੁੱਟਿਆ ਜਾਣਾ, ਉਸ ਤੋਂ ਬਗੈਰੇ ਕੁੱਟ ਨਹੀਂ ਹੁੰਦਾ। ਆਖੋ ਸਤਨਾਮ ਵਾਹਿਗੁਰੂ। ਪਾਤਸ਼ਾਹ ਜੀ ਕਹਿੰਦੇ ਨੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ। ਛੋਟਾ ਮੋਟਾ ਨਹੀਂ ਹੈ, ਇਹ ਵੱਡੇ ਵੱਡਿਆਂ ਨੇ ਮਾਰ, ਵੱਡੇ ਵੱਡਿਆਂ ਨੂੰ ਮਾਰ ਦਿੱਤਾ ਇਹਨੇ। ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ, ਮਨ ਕੇ ਮਤੇ ਨਾ ਚਾਲੀਏ, ਮਨ ਕੇ ਮਤੇ ਅਨੇਕ। ਅਸਲ 'ਚ ਤੁਸੀਂ ਇਸ ਮਨ ਤੋਂ ਸਲਾਹ ਨਹੀਂ ਪੁੱਛਦੇ, ਪਰ ਇਹ ਮਨ ਸਾਨੂੰ ਅੰਦਰੋਂ ਸਲਾਹਾਂ ਦਿੰਦਾ ਰਹਿੰਦਾ। ਬੜਾ ਬੜਾ ਖਰਾਬ ਆ, ਬੜਾ ਸ਼ੈਤਾਨ ਆ, ਪਰ ਜਦ ਮੇਰੇ ਮਾਲਕ ਕਹਿੰਦੇ ਨੇ ਇਹਨੂੰ ਸੋਝੀ ਆ ਜਾਂਦੀ ਹੈ ਇਸ ਮਨ ਨੂੰ, ਫਿਰ ਮਾਲਕ ਕਹਿੰਦੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਹਰ ਜੀ ਉਹ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ। ਕਦੇ ਕਦੇ ਨਾ ਇਕੱਲੇ ਬੈਠਿਆ ਕਰੋ, ਇਸ ਮਨ ਨੂੰ ਇੱਕੋ ਹੀ ਰੋਜ਼ ਕਹਿਣਾ, ਕਹੋ ਨਾਨਕ ਸੁਣ ਰੇ ਮਨ, ਇੱਕੋ ਗੱਲ ਕਹਿਣੀ, ਦੇਖ ਮੈਂ ਸਾਰਾ ਦਿਨ ਤੇਰੀ ਸੁਣੀ ਆ, ਹੁਣ ਮੇਰੀ ਵੀ ਸੁਣ ਲਾ, ਰੱਬ ਦਾ ਤੇਰਾ ਵਾਸਤਾ ਆ, ਹਾੜੇ ਕੱਢਦਾ ਤੇਰੇ, ਹੁਣ ਤੂੰ ਸੁਣ ਲਾ ਕੁਝ ਮਿੰਟ, ਗੁਰੂ ਦੀ ਸੁਣ ਲਾ, ਸਤਿਗੁਰ ਦੀ ਸੁਣ। ਮੈਂ ਇੱਕ ਬੇਨਤੀ ਕਰਾਂ, ਗੁਰੂ ਕੋ ਦੇਖਣ ਵਾਲੀ ਚੀਜ਼ ਨਹੀਂ, ਮੈਂ ਸਤਿਗੁਰ ਦੀ ਹਜ਼ੂਰੀ 'ਚ ਕਹਿਣਾ, ਗੁਰੂ ਕੋਈ ਦੇਖਣ ਵਾਲੀ ਚੀਜ਼ ਨਹੀਂ, ਸ਼ਬਦ ਨਹੀਂ ਦੇਖਿਆ ਜਾ ਸਕਦਾ। ਪਾਤਸ਼ਾਹ ਕਹਿੰਦੇ, ਸ਼ਬਦ ਗੁਰੂ ਸੁਰਤ ਤੋਂ ਨਿਚੇਲਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ 22 ਧਾਰ ਦੇ ਰਾਜੇ ਸਰੀਰ ਕਰਕੇ ਤਾਂ ਦੇਖਦੇ ਰਹੇ, ਪਰ ਕਦੇ ਗੁਰੂ ਨੂੰ ਸੁਣਿਆ ਨਾ। ਦੇਖਣ ਵਾਲੀ ਚੀਜ਼ ਨਹੀਂ ਗੁਰੂ, ਜਿਹਨਾਂ ਨੇ ਸਤਿਗੁਰ ਨੂੰ ਦੇਖਿਆ ਉਹਦੇ ਖੂਨ ਦੇ ਪਿਆਸੇ ਰਹੇ, ਪਰ ਜਿਹਨਾਂ ਨੇ ਸਤਿਗੁਰ ਨੂੰ ਸੁਣਿਆ ਕੁਰਬਾਨ ਹੋ ਗਿਆ ਸਤਿਗੁਰ ਦੇ। ਭਾਈ ਮਨੀ ਸਿੰਘ ਜੀ ਵਰਗਿਆਂ ਨੇ ਸੁਣਿਆ, ਭਾਈ ਦਇਆ ਸਿੰਘ ਜੀ ਵਰਗਿਆਂ ਨੇ ਸੁਣਿਆ, ਬਾਬਾ ਬੁੱਢਾ ਜੀ ਵਰਗਿਆਂ ਨੇ ਸੁਣਿਆ, ਜਿਹਨਾਂ ਨੇ ਸੁਣਿਆ ਉਹ ਕੁਰਬਾਨ ਹੋ ਗਿਆ, ਮਿਟ ਗਿਆ ਸਤਿਗੁਰ ਦੇ। ਤੂੰ ਵੀ ਗੁਰੂ ਨੂੰ ਸੁਣਿਆ ਕਰ, ਮੱਥੇ ਟੇਕਣ ਨਾਲ ਕੁਝ ਨਹੀਂ ਬਣਦਾ। ਮੱਥੇ ਟੇਕਣ ਨਾਲ ਕੀ ਹੋ ਜਾਊ, ਸ਼ਿਕਾਂਜੀ ਵੀ ਤਾਂ ਗਲਾਸ ਆ, ਪਿਆਸ ਉੱਤਰ ਜਾਊ। ਪਾਤਸ਼ਾਹ ਬਾਰ ਬਾਰ ਕਹਿੰਦੇ, ਸੁਣਿਆ ਸਿੱਧ ਪੀਰ ਸੁਰਨਾਥ, ਆਹਾ ਆਖਿਰਕਾਰ ਕਹਿੰਦੇ ਨੇ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਤੇਰੇ ਕਿਉਂ ਵੱਧਦੇ ਜਾਂਦੇ ਆ, ਕਿਉਂਕਿ ਤੂੰ ਸਤਿਗੁਰ ਨੂੰ ਸੁਣਦਾ ਨਹੀਂ। ਆ ਮੇਰੇ ਪਾਤਸ਼ਾਹ ਸਾਨੂੰ ਇਹ ਕੁਲਾਮਾਂ ਦਿੰਦੇ ਨੇ, ਕਹਿੰਦੇ ਨੇ, ਕਹਿੰਦੇ ਜੋਰ ਨੂੰ ਤਾਂ ਸੁਣਦੇ ਆ, ਮੈਨੂੰ ਸੁਣਦੇ ਹੀ ਨਹੀਂ। ਆਖੋ ਸਤਨਾਮ ਵਾਹਿਗੁਰੂ। ਪਾਤਸ਼ਾਹ ਜੀ ਕਹਿੰਦੇ ਨੇ ਬਾਣੀ 'ਚ, ਕਹਿੰਦੇ ਜੋਰੂ ਜੋਰਾਂ ਦਾ ਬੋਲਿਆ ਪੁਰਖ ਕਮਾਵਦੇ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਮੇਰੇ ਨਾਲ ਗਿਲਾ ਨਾ ਕਰਿਓ, ਮੈਂ ਪਾਤਸ਼ਾਹ ਦੀ ਬਾਣੀ ਦੀ ਪੰਕਤੀ ਲਈ ਹੈ। ਜੋਰਾਂ ਦਾ ਬੋਲਿਆ, ਜੋਰਾਂ ਘਰਵਾਲੀ ਨੂੰ ਕਹਿੰਦੇ ਨੇ, ਮੈਂ ਲੜਾਈ ਨਹੀਂ ਤੁਹਾਡੀ ਕਰਾਉਣ ਆਇਆ, ਇਹਨਾਂ ਦੀ ਵੀ ਸੁਣਨੀ ਵਿਚਾਰੀਆਂ ਦੀ। ਇਹ ਤਾਂ ਰੋਟੀ ਪਕਾ ਕੇ ਦਿੰਦੀਆਂ ਨੇ, ਕੱਪੜੇ ਧੋ ਕੇ ਦਿੰਦੀਆਂ ਨੇ, ਦੁੱਖ ਸੁੱਖ 'ਚ ਸਾਥੀ ਨੇ। ਪਰ ਸਤਿਗੁਰ ਕਹਿੰਦੇ ਉਹਨਾਂ ਦੀ ਵੀ ਤਾਂ ਸੁਣਨਾ, ਅੱਡੀਆਂ ਘਸ ਗਈਆਂ ਸੇਵਾ ਕਰਦੇ ਕਰਦੇ। ਜੋਰਾਂ ਦਾ ਬੋਲਿਆ ਪੁਰਖ ਕਮਾਉਂਦੇ, ਮੇਰਾ ਬੋਲਿਆ ਵੀ ਕਿਤੇ ਤੂੰ ਕਮਾ ਕੇ ਦੇਖ ਲੈ। ਆਖੋ ਸਤਨਾਮ ਵਾਹਿਗੁਰੂ। ਧੰਨਵਾਦੀ ਹਾਂ। ਸਮਾਂ 10:10 ਹੋ ਚੱਲੇ ਨੇ, ਕੱਲ੍ਹ ਫਿਰ ਆਈਏ, ਲੰਬਾ ਸਮਾਂ ਲਾਵਾਂਗੇ ਅਗਲੇ ਚੌਂ ਦਿਨਾਂ 'ਚ। ਬਸ ਇੱਕੋ ਹੀ ਬੇਨਤੀ ਕਰਨ ਆਇਆ ਹਾਂ, ਤੁਸੀਂ ਗੁਰੂ ਵਾਲੇ ਹੋਗਾ, ਤੁਸੀਂ ਗੁਰੂ ਵਾਲੇ ਹੋ ਗਏ ਕਿਤੇ ਅੰਮ੍ਰਿਤ ਛਕ ਕੇ। ਮੇਰਾ ਖਿਆਲ ਆ ਪਤਾ ਨਹੀਂ ਕਿੰਨੇ ਕੁ ਸਾਲ ਪਹਿਲਾਂ ਵੱਡੇ ਮਹਾਂਪੁਰਸ਼ ਆਉਂਦੇ ਹੁੰਦੇ ਸੀ, ਫਿਰ ਦਾਸ ਦੀ ਡਿਊਟੀ ਲੱਗ ਗਈ। ਤੁਹਾਡੀ ਸੇਵਾ ਵਿੱਚ ਤੁਹਾਨੂੰ ਬਚਨ ਸੁਣਾਉਣੇ, ਜਿਹੜੇ ਵੀ ਆਉਂਦੇ ਨੇ, ਜਿੰਨੇ ਕੁ ਵੀ ਆਉਂਦਾ,
ਪਰ ਇੱਕ ਤਾਂ ਬੇਨਤੀ ਮੰਨਣੀ ਪੈ ਗਈ ਨਾ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਉਣਗੇ ਸਿੰਘ, ਆਉਣਗੇ ਆਪਣੇ ਗੁਰਮੁਖ ਪਿਆਰੇ ਆਉਣਗੇ, ਉਹ ਅੰਮ੍ਰਿਤ ਛਕਾਉਣਗੇ, ਕਿਉਂਕਿ ਅਸੀਂ ਤਾਂ ਕਾਬਿਲ ਨਹੀਂ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ। ਅਸੀਂ ਇੰਨੇ ਯੋਗੇ ਨਹੀਂ ਕਿ ਪੰਜਾਂ ਸਿੰਘਾਂ 'ਚ ਦਾਖਲ ਹੋ ਕੇ, ਪੰਜਾਂ ਪਿਆਰਿਆਂ 'ਚ ਦਾਖਲ ਹੋ ਕੇ ਤੁਹਾਨੂੰ ਅੰਮ੍ਰਿਤ ਛਕਾ ਸਕੀਏ, ਪਰ ਬੇਨਤੀ ਤਾਂ ਕਰ ਹੀ ਸਕਦੇ ਹਾਂ। ਆਖੋ ਸਤਨਾਮ ਵਾਹਿਗੁਰੂ। ਦਿਨ ਚਾਰ ਹੋਰ ਰਹਿੰਦੇ ਨੇ, ਪਤਾ ਲੱਗੇ ਵੀ ਲਿਸਟ ਵਿੱਚ ਜਗ੍ਹਾ ਨਹੀਂ ਰਹੀ। ਆਖੋ ਸਤਨਾਮ ਵਾਹਿਗੁਰੂ। ਆਓ ਮੈਂ ਆਖਰੀ ਪੰਕਤੀ ਪੜ੍ਹਾਂ, ਫਿਰ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਪੜ੍ਹਦੇ ਜਾਣਾ ਅੱਜ ਘਰ ਨੂੰ। ਹੋ ਜਾਵਾਂ ਕੁਰਬਾਨ, ਦਾਤਾ ਤੇਰੇ ਬਚਨਾ ਤੇ। 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 ਤੇਰੀ ਨਜ਼ਰ ਦੀ ਲੋੜ ਹੈ ਮੈਨੂੰ, ਤੇਰੀ ਨਜ਼ਰ ਦੀ ਲੋੜ ਹੈ ਮੈਨੂੰ। ਤੇਰੀ ਨਜ਼ਰ ਦੀ ਲੋੜ ਹੈ ਮੈਨੂੰ, ਤੇਰੀ ਨਜ਼ਰ ਦੀ ਲੋੜ ਹੈ ਮੈਨੂੰ। ਪਾਪੀ ਦੇਖ ਵਿਛੋੜ ਨਾ ਮੈਨੂੰ, ਪਾਪੀ ਦੇਖ ਵਿਛੋੜ ਨਾ ਮੈਨੂੰ, ਪਾਪੀ ਦੇਖ ਵਿਛੋੜ ਨਾ ਮੈਨੂੰ, ਪਾਪੀ ਦੇਖ ਵਿਛੋੜ ਨਾ ਮੈਨੂੰ। ਮਨ ਟਿਕਣ ਨਹੀਂ ਦਿੰਦਾ ਇਹ ਸ਼ੈਤਾਨ, ਦਾਤਾ ਤੇਰੇ ਬਚਨਾ ਤੇ। ਮਨ ਟਿਕਣ ਨਹੀਂ ਦਿੰਦਾ ਇਹ ਸ਼ੈਤਾਨ, ਦਾਤਾ ਤੇਰੇ ਬਚਨਾ ਤੇ। ਹੋ ਜਾਵਾਂ ਕੁਰਬਾਨ, ਦਾਤਾ ਤੇਰੇ ਬਚਨਾ ਤੇ। ਹੋ ਜਾਵਾਂ ਕੁਰਬਾਨ, ਦਾਤਾ ਤੇਰੇ ਬਚਨਾ ਤੇ। ਹੋ ਕੁਰਬਾਨੋ ਜਾਏ ਮੇਰੇ ਸਾਹਿਬ, ਹੋ ਕੁਰਬਾਨੀ ਜਾਓ। ਓਹੋ ਹੋ ਕੁਰਬਾਨੇ ਜਾਓ ਤੇ ਨਾ ਕੇ ਲੈਣ ਜੋ ਤੇਰਾ ਨਾਮ। ਕਹਿੰਦੇ ਪਾਤਸ਼ਾਹ ਕਹਿੰਦੇ ਉਹਨਾਂ ਤੇ ਕੁਰਬਾਨ ਜਾਵਾਂ ਜਿਹੜੇ ਮੇਰਾ ਨਾਮ ਜਪਦੇ ਨੇ। ਇਹ ਤਾਂ ਅੰਦਰ ਕੁਝ ਹੋਰ ਹੀ ਜਪਦਾ ਰਹਿੰਦਾ ਵਿਚਾਰਾ, ਔਰ ਜਿਹਨਾਂ ਨੇ ਜਪਿਆ ਗੁਰਮੁਖੋ ਉਹਨਾਂ ਨੇ ਫਿਰ ਆ ਪੜਿਆ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ, ਸਤਿਗੁਰ ਪਰਸਾਦ ਆਨੰਦ।
ਸੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਤਾਈਆਂ ਅਗ ਰਤਨ ਪਰਵਾਰ ਪਰੀਆਂ ਸ਼ਬਦ ਕਾ ਬਣ ਆਈਆਂ ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਨਾਮ ਗੱਲਾਂ ਸਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਤੋਂ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਤ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਮਾਰ ਪਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਦੇ ਪਲੀ ਕੈ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤਿਸਰਾ ਪੈ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਨੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਪ ਜੀ ਦੀ ਸੇਵਾ ਕਰਦੇ ਹੋਏ ਬੇਅੰਤ ਭੁੱਲਾਂ ਹੋ ਗਈਆਂ ਅੱਖਰ ਦਾ ਵਾਧਾ ਘਾਟਾ ਖਿਮਾ ਕਰਨਾ ਜੋੜਿਆਂ ਵਿੱਚ ਬਿਠਾਈ ਰੱਖਣਾ ਚਰਨ ਧੂੜ ਬਖਸ਼ਦੇ ਰਹਿਣਾ ਇਹੀ ਅੰਤਮ ਇੱਛਾ ਹੈ ਧੰਨਵਾਦੀ ਹਾਂ ਸਤਿਗੁਰ ਜੀ ਦੇ ਮਹਾਨ ਬਖਸ਼ਿਸ਼ ਕੀਤੀ ਹੈ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿੱਤੇ ਨੇ ਧੰਨਵਾਦੀ ਹਾਂ ਭਾਈ ਸਾਹਿਬ ਜੀ ਦੇ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਹਰਿਮੰਦਰ ਸਾਹਿਬ ਦੀ ਡਿਊਟੀ ਤੋਂ ਬਾਅਦ ਦਰਸ਼ਨ ਦਿੱਤੇ ਨੇ ਫਿਰ ਵੀ ਬੇਨਤੀ ਕਰਾਂਗੇ ਅਗਲੇ ਦਿਨਾਂ ਵਿੱਚ ਵੀ ਜ਼ਰੂਰ ਦਰਸ਼ਨ ਦੇਣ ਨਾਲ ਗੁਰਮੁਖ ਪਿਆਰੇ ਹੋਰ ਆਏ ਨੇ ਮੈਨੂੰ ਨਾਮ ਭੁੱਲ ਗਿਆ ਇੰਜੀਨੀਅਰ ਸਾਹਿਬ ਦਾ ਉਹਨਾਂ ਦੇ ਇੰਦਰਜੀਤ ਸਿੰਘ ਉਹਨਾਂ ਨੇ ਵੀ ਬਹੁਤ ਧੰਨਵਾਦੀ ਹਾਂ ਆਪ ਜੀ ਦੇ ਵੀ ਬਹੁਤ ਧੰਨਵਾਦੀ ਹਾਂ ਕੱਲ੍ਹ ਨੂੰ ਇੱਕ ਡਿਊਟੀ ਕਰਨੀ ਹੈ ਇੱਕ ਇੱਕ ਨੂੰ ਘੱਟੋ ਘੱਟ ਹੋਰ ਨਾਲ ਲਿਆਉਣਾ ਕੀ ਪਤਾ ਜਿਸ ਦੀ ਕੱਲ੍ਹ ਹਾਜ਼ਰੀ ਲੱਗ ਜਾਣੀ ਸਾਡਾ ਵੀ ਕਲਿਆਣ ਹੋ ਜਾਏ ਨਾਲ ਆਓ
ਅਰਦਾਸ ਵਿੱਚ ਜੁੜੀਏ। ਖਿਮਾ ਕਰਨਾ ਕਈ ਵਾਰੀ ਸਰੀਰਕ ਕਿਰਿਆ ਨਹੀਂ ਅਲੋਅ ਕਰਦੀ, ਮੈਨੂੰ ਛੁੱਟੀ ਦੇ ਦੇਣੀ ਕੁਝ ਮਿੰਟਾਂ ਲਈ। ਆਓ ਫਤਿਹ ਸਾਂਝੀ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰੰਜਾ ਤਰ ਪਾਤਨ ਹਿੰਚੈ ਰੂਪ ਰੰਗ ਅਰ ਰੀਖ ਭੇਖ ਕੂ ਕਹਿ ਨ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ਮ ਤੋਜ ਕਿਹਜੈ ਕੋਟ ਇੰਦਰ ਇੰਦਰਾਣ ਸ਼ਾਸ ਹਾਣ ਗਣਿਜੈ ਤਿਰ ਭਵਨ ਮਹੀਪ ਸੁਰ ਨਾਰਿਓ ਸੁਰ ਨੇਤ ਨੇਤ ਬੰਤਰਣ ਕਹਿਤ ਤਵੈ ਸਰਬਨਾਮ ਕਥੇ ਕਵਨ ਕਰਮ ਨਾਮ ਵਰਣਤ ਸੋ ਮਤ ਹਾਂ ਆਇਆ ਦੂਰੋਂ ਚੱਲ ਕੈ ਮੈਂ ਤਕੀ ਤਉ ਛਰਣਾਈ ਜੀਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਹੋਵੈ ਸਿਪਤੁਖ ਸਮਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿਠੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੋ ਕਹੁ ਟਲ ਗੁਰ ਸੀਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਹੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਾਓ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਂਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੀ ਨਿਰਭਉ ਨਾਮ ਜਪੋ ਹਰ ਰੰਗੀ ਪਰ ਧਨ ਦੁੱਖ ਕਿਛ ਪਾਪ ਨਾ ਫੇੜੀ ਜਮ ਜਾਂਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਛਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਛਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।